ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਗਰੰਗ ਲੈਸਨ ਨੰਬਰ 5 ਸਾਡੇ ਲੈਸਨ ਦਾ ਨਾਮ ਹੈ ਕਰਜਾ ਆਪਣੇ ਇਹ ਕਹਾਣੀ ਹੈ ਤੇ ਇਹਦੇ ਲੋ ਇਹਦਾ ਸਾਰ ਹੀ ਪੜ ਲਿਆ ਹੀ ਹੁਣ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਇਹ ਹੀ ਲੋਗੇ ਤੇ ਇਹ ਹੀ ਇਹਦੇ ਸ਼ਾਰਟ ਕੁਐਸਚਨ ਹੈ ਤੇ ਜਿਸ ਤਰ੍ਹਾਂ ਕਿ ਪ੍ਰਸ਼ਨ ਨੰਬਰ 1 ਹੈ ਘਰਦਿਆ ਨੇ ਆਪਣਾ ਚਾਹ ਪੂਰਾ ਕਰਨ ਲਈ ਕੀ ਕੀਤਾ ਤੁਹਾਡਾ ਆਨਸਰ ਹੈ ਘਰਦ ਵਿੱਚ ਘਰ ਵਿੱਚ ਪਿਛਲੇ 40 ਸਾਲਾਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ ਸਾਰੇ ਰਿਸ਼ਤੇਜਾਂ ਚਾਹੁੰਦੇ ਸਨ ਕਿ ਉਹ ਸਾਰੇ ਘਰ ਵਿੱਚ ਕਿਸੇ ਵਿਆਹ ਟੰਗ ਵਿੱਚ ਇਕੱਠੇ ਹੋਣ ਪਰ ਜੀਤੋ ਦਾ ਵੀਰ ਵਿਆਹ ਕਰਨ ਲਈ ਤਿਆਰ ਨਹੀਂ ਸੀ ਇਸ ਲਈ ਘਰਦਿਆ ਨੇ ਆਪਣੇ ਚਾਹ ਪੂਰੇ ਕਰਨ ਲਈ ਆਪਣੇ ਵੀਰ ਤੋਂ 8 10 ਸਾਲ ਛੋਟੀ ਜੀਤੋ ਦਾ ਵਿਆਹ ਕਰ ਦਿੱਤਾ ਉਸ ਸਮੇ ਅਜੇ ਉਹ 17ਵੇਂ ਬਰੇ ਸਾਲ ਵਿੱਚ ਸੀ ਮਤਲਬ ਕਿ 17 ਸਾਲਾਂ ਦੇ ਹੀ ਜਦੋਂ ਦੇ ਭਰਾ ਨੇ ਜਿਹੜਾ ਜੀਤੋ ਦਾ ਭਰਾ ਜਿਹੜਾ ਹੈ ਉਹ ਵਿਆਹ ਕਰਨਾ ਨਹੀਂ ਚਾਹਦਾ ਤੇ ਉਸ ਕਰਕੇ ਜੀਤੋ ਦਾ ਜਿਹੜਾ ਇਹ ਵਿਆਹ ਧਾਰ ਦਿੱਤਾ ਜਿਹੜੀ ਕਿ ਆਪਣੇ ਭਰਾ ਤੋਂ 8-10 ਸਾਲ ਜਿਹੜੀ ਛੋਟੀ ਸੀ ਠੀਕ ਹੈ ਸਾਡਾ ਅਗਲਾ ਕੁਐਸਚਨ ਹੈਗਾ ਕਿ ਜੀਤੋ ਦੇ ਵੀਰ ਦੀ ਵਿਆਹ ਦੇ ਕਮ ਕਮਸਾਨ ਤਦ ਕੰਮਸਾਨ ਹੁੰਦਾ ਕੰਮ ਕਾਜ ਵਿੱਚ ਮਤ ਕਿਉਂ ਮਾਰੀ ਗਈ ਸੀ ਬੇਟਾ ਮੋਸਟਰੀ ਵੇਖਿਆ ਜਾਂਦਾ ਹੈ ਕਿ ਜਦੋਂ ਭੈਣ ਦਾ ਵਿਆਹ ਹੁੰਦਾ ਹੈ ਜਾਂ ਘਰ ਦੇ ਛੋਟੇ ਬੱਚੇ ਦਾ ਛੋਟੇ ਜੀ ਦਾ ਵਿਆਹ ਹੁੰਦਾ ਤੇ ਵੱਡਿਆਂ ਨੂੰ ਬੜਾ ਮਤ ਕੰਮ ਕਾਜ ਪੈ ਜਾਂਦਾ ਉਹੀ ਪੋਜੀਸ਼ਨ ਨੂੰ ਇਹ ਇਹ ਦੇ ਜਿਹੜੇ ਜੀਤੋ ਦਾ ਵੀਰ ਹੀ ਉਹ ਹੀ ਉਹਨੂੰ ਇਹ ਡਿਸਕਸ ਕਰਾਂਗੇ ਜਿਸਾਂ ਕਿ ਜੀਤੋ ਦੇ ਵਿਆਹ ਦੀ ਵਿਆਹ ਦੇ ਕੰਮਕਾਜ ਵਿੱਚ ਮੱਤ ਇਸ ਕਰਕੇ ਜੀਤੋ ਦੇ ਵੀਰ ਦੀ ਵਿਆਹ ਦੇ ਕੰਮਕਾਜ ਵਿੱਚ ਮੱਤ ਇਸ ਕਰਕੇ ਮਾਰੀ ਜਾਂਦੀ ਸੀ ਕਿਉਂਕਿ ਵਿਆਹ ਸੰਬੰਧੀ ਘਰ ਦੇ ਅਤੇ ਬਾਹਰ ਦੇ ਸਾਰੇ ਕੰਮਾਂ ਦਾ ਪ੍ਰਬੰਧ ਉਸ ਦੇ ਸਿਰ ਤੇ ਹੀ ਇਸ ਵਾਸਤੇ ਇੱਕ ਉਹ ਵਾਸਤੇ ਇੱਕ ਕੰਮ ਮੁਕਦਾ ਸੀ ਤੇ ਦੂਜਾ ਤਿਆਰ ਹੋ ਜਾਂਦਾ ਸੀ ਵਿਆਹ ਵਿੱਚ ਕੇਵਲ ਇੱਕ ਦਿਨ ਰਹਿ ਗਿਆ ਸੀ ਤੇ ਅੱਜ ਤੱਕ ਅਨੰਦ ਕਾਰਜ ਉੱਤੇ ਆਉਣ ਵਾਲੇ ਰਾਗੀਆਂ ਤੇ ਬਰਾਤੀਆਂ ਦੇ ਖਾਣ ਲਈ ਮੇਜ਼ ਕੁਰਸੀਆਂ ਕਰਾਕਰੀ ਤੇ ਫਲ ਫਰੂਟ ਅਤੇ ਸੌਣ ਲਈ ਬਿਸਤਰਿਆਂ ਦਾ ਪ੍ਰਬੰਧ ਬਾਕੀ ਹੀ ਠੀਕ ਹੈ ਮਤਲਬ ਇੰਨਾ ਕੰਮ ਕਾਜ ਪਿਆ ਹੀ ਤੇ ਹਜੇ ਤੱਕ ਅਰੇਂਜਮੈਂਟ ਨਹੀਂ ਹੋਇਆ ਸਾਰਾ ਕੰਮ ਜਿਹੜਾ ਜੀਤੋ ਦਾ ਵੀਰ ਕਰਦਾ ਤੇ ਥਰਡ ਹੱਡਾ ਕੁਐਸਚਨ ਹੈ ਆਨੰਦ ਕਾਰਜ ਕਰਵਾਉਣ ਵਾਲਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ ਆਨੰਦ ਕਾਰਜ ਹੁੰਦਾ ਕਿ ਲਾਵਾ ਫੇਰੇ ਤੇ ਵਿਆਹ ਦੀ ਜਿਹੜੀ ਰਸਮ ਹੁੰਦੀ ਹੈ ਉਹ ਵਾਲੀ ਠੀਕ ਹੈ ਆਨੰਦ ਕਾਰਜ ਕਰਵਾਉਣ ਵਾਲਾ ਭਾਈ ਜੀ ਤੈਨੂੰ ਇਹ ਸਿੱਖਿਆ ਦੇ ਰਿਹਾ ਹੈ ਸੀ ਕਿ ਸਹੁਰੇ ਘਰ ਵਿੱਚ ਜਾ ਕੇ ਉਸ ਨੇ ਕਿਸ ਤਰ੍ਹਾਂ ਨਿਮਰਤਾ ਤੇ ਅਧੀਨਗੀ ਵਾਲਾ ਜੀਵਨ ਜਿਹੜਾ ਗੁਜ਼ਾਰਨਾ ਹੈ ਉੱਥੇ ਉਸ ਲਈ ਪਤੀ ਹੀ ਪਰਮੇਸ਼ਰ ਹੈ ਉਸਨੇ ਉਸਨੇ ਬਿਨਾ ਪੁੱਛੇ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰਨਾ ਮਤਲਬ ਜਿਹੜੀ ਜੀਤੋ ਹੈ ਉਹਨੂੰ ਕੋਈ ਕੰਮ ਨਹੀਂ ਕਰਨਾ ਬਿਨਾ ਮਰਜ਼ੀ ਤੋਂ ਆਪਣੀ ਮਤਲਬ ਮਰਜ਼ੀ ਅਨੁਸਾਰ ਨਹੀਂ ਕਰਨਾ ਮਤਲਬ ਸਾਰਿਆਂ ਦੀ ਸਲਾਹ ਲੈ ਕੇ ਆਜਨੇ ਉਸਨੇ ਹਰ ਕੰਮ ਵਿੱਚ ਆਪਣੇ ਸਹੁਰੇ ਪਰਿਵਾਰ ਦੀ ਮਰਜ਼ੀ ਲੈਣੀ ਹੈ ਮਤਲਬ ਕਿ ਆਪਣੀ ਮਰਜ਼ੀ ਅਨੁਸਾਰ ਕੰਮ ਨਹੀਂ ਕਰਨਾ ਜੋ ਵੀ ਕੰਮ ਕਰਨਾ ਉਹਨੇ ਆਪਣੇ ਸਹੁਰੇ ਪਰਿਵਾਰ ਤੇ ਨਾਲ ਪਤੀ ਨਾਲ ਡਿਸਕਸ ਕਰਕੇ ਕਰਨਾ ਹੈ ਪਤੀ ਅਤੇ ਉਸ ਦੇ ਪਰਿਵਾਰ ਨੂੰ ਖੁਸ਼ ਰੱਖਣ ਲਈ ਉਸ ਨੂੰ ਹਰ ਸੰਭਵ ਯਤਨ ਕਰਨੇ ਪੈਣਗੇ ਤੇ ਨੀਵਾ ਰਹਿਣਾ ਤੇ ਘੱਟ ਬੋਲਣ ਵਾਲੇ ਗੁਣ ਉਸ ਨੂੰ ਉਤਾਰਨ ਕਰਨੇ ਚਾਹੀਦੇ ਹਨ ਮਤਲਬ ਇਹ ਸਿੱਖਿਆ ਦੇ ਰਹੀ ਆ ਆਨੰਦ ਕਾਰਜ ਕਰਨ ਵਾਲਾ ਪਾਏ ਅੱਗੇ ਹੈਗਾ ਸਾਡਾ ਇਹਦੇ ਜਿੱਤੋ ਦੇ ਵੀਰ ਦੇ ਸੁਭਾਅ ਬਾਰੇ ਕੁਝ ਸਤਰਾਂ ਲਿਖੋ ਮਤਲਬ ਦਾ ਕਰੈਕਟਰ ਦੱਸਣਾ ਕਿ ਕਿਸ ਤਰ੍ਹਾਂ ਦਾ ਹੀ ਤੇ ਤੁਹਾਡਾ ਉੱਤਰ ਹੈਗਾ ਜੀਤੋ ਦਾ ਵੀਰ ਉਸ ਤੋਂ 8-10 ਸਾਲ ਵੱਡਾ ਸੀ ਉਹ ਵਿਆਹ ਇਸ ਕਰਕੇ ਨਹੀਂ ਕਰਵਾ ਰਿਹਾ ਸੀ ਕਿਉਂਕਿ ਉਹ ਇਸ ਕਿਉਂਕਿ ਉਹ ਇਹ ਸੋਚ ਕੇ ਡਰਦਾ ਸੀ ਕਿ ਉਸ ਕੁੜੀ ਨੂੰ ਕਿਸ ਤਰ੍ਹਾਂ ਪਨਾ ਸਕਦਾ ਹੈ ਜਿਸ ਨੂੰ ਚੰਗੀ ਤਰ੍ਹਾਂ ਜਾਣਦਾ ਨਾ ਹੋਵੇ ਉਹ ਇੱਕ ਜਿਵੇਂ ਵਾਰ ਨੌਜਵਾਨ ਵੀ ਸੀ ਜੋ ਆਪਣੀ ਭੈਣ ਦੇ ਵਿਆਹ ਦੀ ਤਿਆਰੀ ਦਾ ਸਾਰਾ ਕੰਮ ਕਰਦਾ ਹੈ ਉਹ ਜਿੱਦੇ ਸੁਭਾਅ ਦਾ ਵੀ ਸੀ ਕਿਉਂਕਿ ਜਦੋਂ ਉਸ ਨੂੰ ਸਾਰੇ ਰਿਸ਼ਤੇਦਾਰ ਵਿਆਹ ਬਾਰੇ ਕਹਿੰਦੇ ਹਨ ਤਾਂ ਉਹ ਨਹੀਂ ਸੀ ਮੰਨ ਰਿਹਾ ਜਿਸ ਤੇ ਕਾਰਨ ਜੀਤੋ ਨਦਾ ਵਿਆਹ ਜਿਹੜਾ ਕਰਨਾ ਪਿਆ ਉਹ ਇੱਕ ਕੋਮਲ ਹਿਰਦੇ ਵਾਲਾ ਭਾਵ ਸੁਵੇਦਨਸ਼ੀਲ ਵੀ ਹੈ ਮਤਲਬ ਕਿ ਇਹਦਾ ਦੁੱਖ ਵੇਖ ਕੇ ਆਪ ਵੀ ਦੁਖੀ ਹੋ ਜਾਂਦਾ ਠੀਕ ਹੈ ਸੁਵੇਦਨਸ਼ੀਲ ਵੀ ਸੀ ਜਦੋਂ ਸੋਹਰੇ ਘਰ ਜਾ ਰਹੀ ਜੀਤੋ ਲਈ ਪੈਦਾ ਹੋਣ ਵਾਲੇ ਮਾਪਿਆਂ ਦੇ ਵਿਛੋੜੇ ਦਾ ਦੁੱਖ ਬਿਆਨ ਕਰਦਾ ਹੈ ਕੌਣ ਕਰਦਾ ਹੈ ਪਾਈ ਜਿਹੜਾ ਰਾਗੀ ਹੋ ਤਾਂ ਉਸ ਦਾ ਮਨ ਇੰਨਾ ਉਦਾਸ ਹੋ ਜਾਂਦਾ ਹੈ ਕਿ ਉਹ ਗਵਈਏ ਨੂੰ ਝਿੜਕ ਕੇ ਗਾਣਾ ਬੰਦ ਕਰਵਾ ਦਿੰਦਾ ਹੈ ਉਹਨਾਂ ਦੋਵਾਂ ਭੈਣ ਭਰਾਵਾਂ ਵਿੱਚ ਬਹੁਤ ਪਿਆਰ ਸੀ ਕਿਉਂਕਿ ਉਹ ਨੀਲੋਖੇੜੀ ਜਿਵੇਂ ਆਪਣੇ ਮਾਪਿਓ ਤੋਂ ਦੂਰ ਕੁਝ ਸਮਾਂ ਇਕੱਠੇ ਬੜੇ ਪਿਆਰ ਨਾਲ ਰਹੇ ਸਨ ਅੰਤ ਵਿੱਚ ਉਸ ਨੂੰ ਆਪਣੀ ਭੈਣ ਦੇ ਮਾਨਸਿਕ ਦੁੱਖ ਦਾ ਪਤਾ ਉਸ ਸਮੇਂ ਲੱਗਦਾ ਹੈ ਜਦੋਂ ਉਸਦੀ ਭੈਣ ਆਪਣਾ ਘਰ ਛੱਡ ਕੇ ਕਿਸੇ ਅਣਜਾਣ ਬੰਦੇ ਨਾਲ ਰਹਿਣ ਲਈ ਸੌਰੇ ਘਰ ਜਾਣ ਲਈ ਤਿਆਰ ਹੋ ਜਾਂਦੀ ਹੈ ਮਤਲਬ ਉਹਦਾ ਵਿਆਹ ਜਿਹੜਾ ਹੋਣ ਲੱਗ ਪੈਂਦਾ ਹੈ ਹੋ ਜਾਂਦਾ ਵਾ ਤੇ ਉਹਨੂੰ ਉਸ ਦੁੱਖ ਦਾ ਪਤਾ ਲੱਗਦਾ ਜਿਵੇਂ ਕਿ ਉਹ ਨਹੀਂ ਚਾਹੁੰਦਾ ਕਿ ਮੈਂ ਉਹ ਕੁੜਨਾ ਵਿਆਹ ਕਰਾ ਜਿਹਦੇ ਜਿਹਨੂੰ ਮੈਂ ਜਾਣਦਾ ਨਹੀਂ ਤੇ ਇਸ ਤਰ੍ਹਾਂ ਉਹ ਸੋਚਦਾ ਕਿ ਮੇਰੀ ਭੈਣ ਵੀ ਵਿਚਾਰੀ ਅਣਜਾਨ ਆਦਮੀ ਨਾਲ ਜਾ ਰਹੀ ਹੈ ਠੀਕ ਹੈ ਤੇ ਉਹਦੀ ਦਾਸੀ ਬਣ ਕੇ ਰਹਿਣ ਵਾਸਤੇ ਜਾ ਰਹੀ ਹੈ ਇਹ ਗੱਲਾਂ ਸੋਚ ਕੇ ਉਹਦਾ ਜਿਹੜਾ ਮਨ ਨਾ ਭਾਵੁਕ ਹੋ ਜਾਂਦਾ ਹੈ ਸੁਵੇਦਰਸ਼ੀਲ ਹੋ ਜਾਂਦਾ ਹੈ ਇਸ ਤਰ੍ਹਾਂ ਬਟਾ ਇਹ ਦੇ ਜਿਹੜੇ ਅਥੀਏ ਘਰ ਜਾ ਸੋਰੀ ਘਰ ਜਾ ਆਪਣੇ ਅਸਲ ਵਿੱਚ ਧੀ ਨੂੰ ਹੀ ਕਿਹਾ ਕਿ ਧੀਏ ਘਰ ਜਾ ਆਪਣੇ ਇਹ ਕਾ ਨਹੀਂ ਹੱਟੇ ਖਤਮ ਹੋ ਜਾਂਦੀ ਹੈ ਇਹਦੇ ਸਾਰੀ ਤੇ ਕੁਐਸਚਨ ਆਨਸਰ ਹੋ ਗਏ ਨੇ ਤੇ ਨੈਸਟ ਵੀਡੀਓ ਵਿੱਚ ਅਸੀਂ ਅਗਲੀ ਕਾਣੀ ਸ਼ੁਰੂ ਕਰਾਂਗੇ ਤਾਂਦੇ ਤੱਕ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲਓ ਕਿਉਂਕਿ ਪੇਪਰ ਆਣ ਵਾਲੇ ਨੇ ਤੇ ਬੇਟਾ ਜੇ ਤੁਹਾਨੂੰ ਮੇਰੇ ਭਾਣ ਦਾ ਤਰੀਕਾ ਚੰਗਾ ਲੱਗਦਾ ਤੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਟੇਕ ਕੇਅਰ